ਦਿੱਲੀ ਜਾਣਾ ਸੀ ਤਾਂ ਸਾਡੇ 'ਤੇ ਬਹੁਤ ਗੋਲਾ ਸੁੱਟਿਆ ਮੋਦੀ ਸਰਕਾਰ। ਫਿਰ ਵੀ ਆਪਣੀ ਕੌਮ ਨੂੰ ਜਾਂ ਤਾਂ ਤੁਸੀਂ ਮੰਨ ਲਓ ਵੀ ਆਪਣੀ ਕੌਮ ਜਮਾਂ ਹੀ ਖਤਮ ਹੈ, ਵੀ ਡਿਫਾਲਟਰ ਹੈ, ਵੀ ਸੋਚਦੀ ਨਹੀਂ, ਵੀ ਫਿਰ ਪਤਾ ਸੀ ਲੋਕਾਂ ਨੂੰ ਵੀ ਉਦੋਂ ਪੂਰੀ ਤਾੜ ਤਾੜ ਹੋਣੀ ਹੈ, ਆਪਣੇ ਲੱਖਾਂ ਦਾ ਇਕੱਠ ਹੈ, ਜਾਂ ਤਾਂ ਆਪਣੀ ਕੌਮ ਦਲੇਰ ਹੀ ਬਹੁਤ ਜ਼ਿਆਦਾ। ਆਪਾਂ ਨਿਕਲੋ ਘਰਾਂ 'ਚੋਂ, ਪਰਚਿਆਂ ਤੋਂ ਨਾ ਡਰੋ, ਕੁਛ ਨਹੀਂ ਹੁੰਦਾ। ਪਰਚੇ ਤਾਂ ਵੀਰੇ ਲੜਾਈਆਂ ਦੇ ਕਾਲਜਾਂ 'ਚ ਬਥੇਰੇ ਮੁੰਡਿਆਂ 'ਤੇ ਪੈਂਦੇ ਆ, ਹੈ ਨਾ। ਪਰਚਿਆਂ ਤੋਂ ਨਾ ਡਰੋ, ਜਿਹੜੇ ਬੰਦੇ ਦੀ ਜ਼ਮੀਰ ਜਾਗਦੀ ਆ ਉਹ ਪਹੁੰਚੂਗਾ ਘਰੋਂ। ਸਿਰਫ ਤੇਲ ਲੈ ਪਾ ਕੇ ਤੁਰ ਪਓ, ਤੁਹਾਨੂੰ ਕੰਘੀ ਤੋਂ ਲੈ ਕੇ ਤੇਲ ਤੋਂ ਲੈ ਕੇ ਸਾਬਣ ਤੋਂ ਲੈ ਕੇ ਰੋਟੀ ਤੋਂ ਲੈ ਕੇ ਚਾਹ ਤੱਕ ਸਾਰਾ ਕੁਛ ਉਰੇ ਉਪਲਬਧ ਹੈ। ਸੌਣ ਦਾ ਵੀ, ਕੰਬਲ ਵੀ ਮਿਲਣਗੇ ਸਾਰੇ ਭਲਵਾਨਾਂ ਨੂੰ, ਸਾਰੇ ਸਪੋਰਟਸ ਵਾਲਿਆਂ ਨੂੰ। ਕੋਈ ਵੀ ਸਪੋਰਟਸ ਕੋਈ ਕਿੱਤਾ, ਸਾਰੇ ਪਹੁੰਚੋ ਵੀਰੇ, ਹੱਥ ਬੰਨ ਕੇ ਬਿਣਦੇ ਆ। ਅਣਖ ਦੀ ਲੜਾਈ ਆ, ਜ਼ਮੀਰ ਦੀ ਲੜਾਈ। ਜਿਵੇਂ ਨਾ ਰਾਤ ਦੀ ਗੱਲ ਆ, ਪਰਸੋਂ ਰਾਤ ਦੀ, ਹੈ ਨਾ, ਇਹਨਾਂ ਦੇ ਫੌਜੀ ਇੱਕ ਇੱਧਰ ਫਿਰਦਾ ਸੀ, ਜਿੱਥੇ ਤੱਕ ਲੋਕ ਦੱਸ ਰਹੇ ਨੇ। ਬਾਕੀ ਚਲੋ ਹੁਣ ਆਪਾਂ ਅੱਖਾਂ ਨਾਲ ਤਾਂ ਨਹੀਂ ਦੇਖਿਆ, ਪਰ ਵੀਰੇ ਐਂ ਹੈ, ਜੇ ਅਸੀਂ ਉੱਧਰ ਨੂੰ ਵਧਾਂਗੇ ਫਿਰ ਤਾਂ ਮਾਰਨਾ। ਚੱਲ ਮੇਰੀ ਗਿਣਤੀ ਵੀ ਗਲਤ ਹੋ ਸਕਦੀ ਹੈ, ਘੱਟੋ ਘੱਟ ਬਾਈ ਜੀ 200 ਗੋਲਾ ਸੁੱਟਤਾ ਹੋਣਾ ਉੱਦਣ ਜਿੱਦਣ ਦਿੱਲੀ ਜਾਣਾ। ਉੱਪਰ ਲਿਆ ਕੇ ਮੈਂ ਪੋਪਲੈਂਡ 'ਤੇ ਖੜਾ ਸੀ, ਆਹ ਪੋਪਲੈਂਡ 'ਤੇ ਉੱਪਰ ਚੜ੍ਹਾਉਂਦਾ ਸੀ ਮੈਂ ਖੜਾ, ਉੱਪਰ ਲਿਆ ਕੇ ਮੇਰੇ ਬੰਬ ਸੁੱਟਤਾ, ਉਹ ਤਾਂ ਮੈਂ ਕੁਦਰਤੀ ਛਾਲ ਮਾਰ ਕੇ ਬਚ ਗਿਆ, ਠੀਕ ਹੈ ਨਾ। ਇੱਥੇ ਤੱਕ ਯਾਰ ਵੀਰੇ ਮੈਨੂੰ ਐਂ ਨਹੀਂ ਸਮਝ ਆਉਂਦੀ ਵੀ ਇਹ ਡੈਮੋਕ੍ਰੇਸੀ ਹੈ। ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਡੈਮੋਕ੍ਰੇਸੀ ਹੈ ਬਾਈ ਜੀ, ਵੀ ਇਹ ਡਿਕਟੇਟਰਸ਼ਿਪ ਹੋ। ਜੇ ਕਹਿੰਦੇ ਨੇ 4 ਦਾ ਪੇਪਰ, ਬਾਏ ਦਾ ਪੇਪਰ, 2 ਦਾ ਪੇਪਰ, ਡੈਮੋਕ੍ਰੇਸੀ ਦਾ ਮੀਨਿੰਗ ਇਹੀ ਹੈ ਵੀ ਲੋਕਾਂ ਵਾਸਤੇ, ਲੋਕਾਂ ਲਈ ਹੀ ਸਭ ਕੁਛ, ਪਰ ਇਹ ਤਾਂ ਡਿਕਟੇਟਰਸ਼ਿਪ 'ਤੇ ਉੱਤਰ ਆਇਆ। ਸ਼ੰਭੂ ਧਰਨੇ ਦੇ ਵਿੱਚ ਅਸੀਂ ਖੜ੍ਹੇ ਹਾਂ ਅਤੇ ਅਸੀਂ ਹੁਣ ਨੌਜਵਾਨਾਂ ਨੂੰ ਪੁੱਛਦੇ ਹਾਂ ਕਿ ਧਰਨੇ ਦੀ ਸਥਿਤੀ ਅਸਲ ਵਿੱਚ ਹੈ ਕੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਸਾਡੇ ਕੋਲ ਆਏ ਅਤੇ ਤੁਹਾਡੇ ਕਰਕੇ ਸਰਕਾਰਾਂ ਨੂੰ ਸਾਡੀਆਂ ਗੱਲਾਂ ਪਹੁੰਚਦੀਆਂ ਨੇ, ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰਸ਼ਨ ਕਰਿਆ ਵੀਰੇ ਵੀ ਧਰਨੇ ਦੀ ਸਥਿਤੀ ਬਾਰੇ, ਧਰਨੇ ਦੀ ਸਥਿਤੀ ਬਹੁਤ ਗੁੱਡ ਹੈ। ਕਹਿਣ ਦਾ ਭਾਵ ਕਿ ਜਿਹੜੇ ਹਿਸਾਬ ਨਾਲ ਸਾਨੂੰ ਅਸੀਂ ਸੋਚਿਆ ਸੀ, ਉਹ ਤੋਂ ਵੱਧ ਹੰਗਾਰਾ ਮਿਲਿਆ ਲੋਕਾਂ ਦਾ। ਵੀ ਮੈਂ ਇੱਕ ਗੱਲ ਵੀਰ ਜੀ ਸੋਚ ਕੇ ਹੈਰਾਨ ਹਾਂ ਵੀ ਆਪਣੀ ਕੰਮ ਵਰਗੀ ਕੰਮ ਹੋ ਹੀ ਨਹੀਂ ਸਕਦੀ। ਅਸੀਂ ਬਾਈ ਜੀ ਉਰੇ ਰਹਿੰਦੇ ਨੂੰ ਜਿੱਦਾਂ ਦਾ ਧਰਨਾ ਸ਼ੁਰੂ ਹੋਇਆ, ਅਸੀਂ ਉਰੀਆਂ ਸਾਡੀ ਉਰੀ ਟਰਾਲੀ ਆ, ਠੀਕ ਆ, BKJ ਦੁਆਬੇ ਦੀ, ਹੈ ਨਾ ਜੀ। ਅਤੇ ਅਸੀਂ ਆਪਣੀ ਜਥੇਬੰਦੀ 'ਚ ਉਰੇ ਟਰਾਲੀ ਲੈ ਕੇ ਆਏ ਅਤੇ ਦੇਖੋ ਜੀ ਬੰਦੇ ਨਾ ਇੱਥੇ ਸਵੇਰੇ ਸਵੇਰੇ ਸਾਜਰੇ ਪਰੌਂਠਿਆਂ ਦਾ ਲੰਗਰ ਘਰਾਂ 'ਚੋਂ ਬਣ ਕੇ ਆਉਂਦਾ ਬਾਈ ਜੀ। ਦੇਖੋ ਵੀ ਲੋਕ ਕਿੰਨੀ ਮਿਹਨਤ ਕਰਦੇ ਨੇ, ਅਤੇ ਇਹੋ ਜਿਹੇ ਲੰਗਰ ਨੇ ਬਾਈ ਜੀ ਘਰ ਵੀ ਨਹੀਂ ਇਹੋ ਜਿਹੀ ਖੁਰਾਕ ਮਿਲਦੀ ਜਿਹੜੀ ਉਰੇ ਮਿਲ ਰਹੀ ਹੈ। ਮਿਨਰਲ ਵਾਟਰ ਬਾਈ ਜੀ, ਲੋਕਾਂ ਦਾ ਇੰਨਾ ਉਤਸ਼ਾਹਿਤ ਹੈ, ਲੋਕਾਂ ਦੀਆਂ ਗੱਲਾਂ ਹੀ ਛੱਡਦੇ ਬਈ, ਲੋਕ ਇੰਨੇ ਉਤਸ਼ਾਹਿਤ ਹੋਏ ਹੋਏ ਆ ਧਰਨੇ ਨੂੰ ਲੈ ਕੇ, ਲੋਕਾਂ ਦਾ ਬਹੁਤ ਆਪਸ 'ਚ ਤਾਲਮੇਲ ਅਤੇ ਬਹੁਤ ਸੰਜਮ। ਵੀਰੇ ਤੁਸੀਂ ਕਿਸੇ ਦੀ ਟਰਾਲੀ 'ਚ ਜਾ ਕੇ ਕਹਿ ਦਿਓ ਵੀਰੇ ਅਸੀਂ ਰਾਤ ਕੱਟਣੀ, ਤੁਹਾਨੂੰ ਕੋਈ ਜਵਾਬ ਨਹੀਂ ਦਊਗਾ, ਭਾਵੇਂ ਜਾਂਦੇ ਨਾ ਜਾਂਦੇ। ਟੈਂਟ ਲਾ ਤੇ ਲੋਕਾਂ ਨੇ, ਦਫ਼ਤਰ ਬਣ ਗਏ ਵੀਰੇ, ਬਹੁਤ ਐਂਬੂਲੈਂਸਾਂ ਖੜ੍ਹੀਆਂ ਨੇ, ਬਹੁਤ ਵਧੀਆ ਸਥਿਤੀ ਆ। ਹਾਲੇ ਤਾਂ ਮਾਹੌਲ ਆਰਾਮ ਪੂਰਵਕ ਹੈ, ਪਰ ਜਦੋਂ ਅਸੀਂ ਉੱਦਣ ਦਿੱਲੀ ਜਾਣਾ ਸੀ ਤਾਂ ਸਾਡੇ 'ਤੇ ਬਹੁਤ ਗੋਲਾ ਸੁੱਟਿਆ ਮੋਦੀ ਸਰਕਾਰ ਨੇ, ਤਸੱਲੀਆਂ ਕਰਾਤੀਆਂ ਬਾਈ ਜੀ, ਬਹੁਤ ਗੋਲਾ ਸੁੱਟਿਆ। ਫਿਰ ਵੀ ਆਪਣੀ ਕੌਮ ਨੂੰ ਜਾਂ ਤਾਂ ਤੁਸੀਂ ਮੰਨ ਲਓ ਵੀ ਆਪਣੀ ਕੌਮ ਜਮਾਂ ਹੀ ਖਤਮ ਹੈ, ਵੀ ਡਿਫਾਲਟਰ ਹੈ, ਵੀ ਸੋਚਦੀ ਨਹੀਂ, ਵੀ ਫਿਰ ਪਤਾ ਸੀ ਲੋਕਾਂ ਨੂੰ ਵੀ ਉੱਦਣ ਪੂਰੀ ਤਾੜ ਤਾੜ ਹੋਣੀ ਹੈ, ਆਪਣੇ ਲੱਖਾਂ ਦਾ ਇਕੱਠ ਹੈ, ਜਾਂ ਤਾਂ ਆਪਣੀ ਕੌਮ ਦਲੇਰ ਹੀ ਬਹੁਤ ਜ਼ਿਆਦਾ, ਠੀਕ ਹੈ ਨਾ ਜੀ। ਆਪਣੇ ਧਰਨਾ ਓਕੇ ਰਿਪੋਰਟ ਹੈ, ਚੜ੍ਹਦੀ ਕਲਾਂ 'ਚ ਸਿੰਘ ਸਾਰੇ, ਕੋਈ ਨਾ ਜਿਵੇਂ ਜਥੇਬੰਦੀਆਂ ਦੇ ਫੈਸਲੇ ਹੋਏ ਦੇਖਾਂਗੇ। ਕੱਲ੍ਹ ਭੋਗ 'ਤੇ ਗਏ ਸੀ ਸ਼ੁਭਕਰਮ ਦੀਪ ਦੇ, ਅਤੇ ਕੱਲ੍ਹ ਉੱਥੇ ਆਪਣਾ ਸਾਰਾ ਦਿਨ ਰਹੇ ਅਤੇ ਬਹੁਤ ਇਕੱਠ ਰਿਹਾ ਉੱਥੇ ਵੀ। ਚਲੋ ਬਾਕੀ ਹਾਲੇ ਜਥੇਬੰਦੀਆਂ ਦੇ ਨਾਲ ਜਿਵੇਂ ਜਥੇਬੰਦੀਆਂ ਦਾ ਫੈਸਲਾ ਹੋਊਗਾ ਅੱਗੇ। ਜਿਹੜਾ ਵੀਰੇ ਹੁਣ ਆਉਣੇ ਵਾਲਾ ਕਹਿ ਰਹੇ ਨੇ ਵੀ 6 ਤਰੀਕ ਨੂੰ ਆਪਾਂ ਅੰਤਿਮ ਫੈਸਲਾ ਲੈ ਲੈਣਾ ਵੀ ਕਰਨਾ ਕੀ ਆ, ਸਥਿਤੀ ਧਰਨੇ ਦੀ ਕੀ ਬਣੂਗੀ, ਉਹ 6 ਤਰੀਕ ਨੂੰ ਤੈਅ ਹੋਊਗਾ, ਅਤੇ ਹੁਣ ਨੌਜਵਾਨ ਕੀ ਸੋਚ ਰਿਹਾ ਇਹ ਬਾਰੇ? ਬਾਈ ਜੀ ਇੱਦਾਂ ਵੀ ਅਸੀਂ ਇਹ ਜਿਹੜੇ ਘੋਲ ਲੜਦੇ ਹਾਂ, ਅਸੀਂ ਜਦੋਂ 2000 ਉਦੋਂ ਲੱਗਿਆ ਸੀ, 20 'ਚ ਧਰਨਾ ਲੱਗਿਆ ਸੀ, ਹੈ ਨਾ, ਉਦੋਂ ਵੀ ਅਸੀਂ ਉੱਥੇ ਸੀ ਦਿੱਲੀ, ਹੈ ਨਾ, ਹੁਣ ਵੀ ਅਸੀਂ, ਕਿਉਂਕਿ ਸਾਡਾ ਘੋਲ ਲੜਨ ਦਾ ਕੋਈ ਐਡਾ ਖਾਸ ਤਜਰਬਾ ਹੈ ਨਹੀਂ ਨੌਜਵਾਨਾਂ ਦਾ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਨੇ, ਜੋ ਬਜ਼ੁਰਗਾਂ ਦਾ ਫੈਸਲਾ ਹੋਊਗਾ ਸੋਚ ਕੇ ਹੋਊਗਾ, ਕਿਉਂਕਿ ਉਹਨਾਂ ਨੇ ਯਾਰ ਵੀਰੇ ਅਸੀਂ ਪੁੱਤ ਆਏ ਹਾਂ ਘਰਾਂ 'ਚ ਮਰਾਉਣੇ ਥੋੜ੍ਹਾ ਨੇ,
ਜਿਨ੍ਹਾਂ ਦਾ ਮਰ ਗਿਆ ਪਤਾ ਉਹਨਾਂ ਨੂੰ, ਉਹਨਾਂ ਨੇ ਪੁੱਤ ਥੋੜ੍ਹਾ ਮਰਾਉਣੇ ਨੇ। ਲੋਕ ਥੋੜ੍ਹੇ ਜਿਹੇ ਵਿੱਚ ਸ਼ਰਾਰਤੀ ਅਨਸਰ ਕਹਿ ਦਿੰਦੇ ਨੇ, ਠੀਕ ਹੈ, ਅਤੇ ਜਿਹੜੇ ਆਪਣੇ ਨੌਜਵਾਨ ਨੇ ਜੋਸ਼ 'ਚ ਕਈ ਵਾਰ ਕਹਿ ਦਿੰਦੇ ਨੇ ਯਾਰ ਤੋੜ ਦਿਉ, ਵੀਰੇ ਯਾਰ ਆਪਾਂ ਨੇ ਹੱਥਿਆਂ ਉਹਨਾਂ ਕੋਲ ਰਫ ਲਾਉਣੇ, ਠੀਕ ਹੈ, ਜੇ ਜਿਨ੍ਹਾਂ ਦਾ ਪੁੱਤ ਚਲ ਜਾਂਦਾ ਪਤਾ ਉਹਨਾਂ ਨੂੰ ਹੈ, ਅਤੇ ਜਥੇਬੰਦੀਆਂ ਨੇ ਬਹੁਤ ਸੋਚ ਕੇ ਸੰਜਮ ਨਾਲ ਚੱਲਣਾ, ਇਹ ਧਰਨਾ ਲੰਬਾ ਚੱਲੂਗਾ ਜਿੱਥੇ ਤੱਕ ਮੇਰੀ ਸੋਚ ਹੈ, ਬਾਕੀ ਕੋਈ ਪਤਾ ਨਹੀਂ ਅਕਾਲ ਪੁਰਖ ਦਾ ਕਦੋਂ ਵਰਤਾਰਾ ਵਰਤਣਾ ਜੀ, ਕੋਈ ਪਤਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਉੱਦਣ ਹੀ ਫੈਸਲਾ ਹੋ ਜਾਵੇ ਉਹੀ ਤਰੀਕ ਨੂੰ, ਹੈ ਨਾ ਜੀ, ਬਾਕੀ ਦੇਖੋ ਅੱਗੇ ਕੀ ਬਣਦਾ ਜੋ ਫੈਸਲਾ ਹੋਊਗਾ ਜਥੇਬੰਦੀਆਂ ਦਾ। ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਵੀਰੇ ਮੈਂ ਜਿਵੇਂ ਆਪ ਭਲਵਾਨੀ ਕਰਦਾ ਹਾਂ, ਵੀਰ ਵੀ ਕਬੱਡੀ ਖੇਡਦਾ, ਹੈ ਨਾ, ਅਸੀਂ ਸਾਰੇ ਆਪਣਾ ਆਏ ਹੋਏ ਹਾਂ, ਵੀ ਮੈਂ ਤਾਂ ਕਹਿੰਦਾ ਯਾਰ ਬਾਈ ਆਪਾਂ ਨਿਕਲੋ ਘਰਾਂ 'ਚੋਂ, ਪਰਚਿਆਂ ਤੋਂ ਨਾ ਡਰੋ, ਕੁਛ ਨਹੀਂ ਹੁੰਦਾ, ਪਰਚੇ ਤਾਂ ਵੀਰੇ ਲੜਾਈਆਂ ਦੇ ਕਾਲਜਾਂ 'ਚ ਬਥੇਰੇ ਮੁੰਡਿਆਂ ਦੇ ਪੈਂਦੇ ਆ, ਹੈ ਨਾ, ਪਰਚਿਆਂ ਤੋਂ ਨਾ ਡਰੋ, ਊਂ ਵੀ ਤਾਂ ਪਿੰਡ 'ਚ ਕੋਈ ਲੜਾਕ ਡੱਟ ਹੋ ਜਾਵੇ ਹੋ ਹੀ ਜਾਂਦਾ, ਪਹਿਲੀ ਗੱਲ ਆ ਹੁੰਦਾ ਨਹੀਂ, ਦੂਜੇ ਨੰਬਰ 'ਤੇ ਕਈਆਂ ਲੋਕਾਂ ਦੇ ਮਾਇੰਡ 'ਚ ਮਿਸਕੰਜੰਕਸ਼ਨ ਹੈ ਵੀ ਪਰਚੇ ਹੋ ਜਾਣਗੇ, ਪਰਚਿਆਂ ਤੋਂ ਨਾ ਡਰੋ, ਕੁਛ ਨਹੀਂ ਹੁੰਦਾ, ਇੱਥੇ ਬਹੁਤ ਵਧੀਆ ਮਾਹੌਲ ਆ, ਮੈਂ ਨੌਜਵਾਨਾਂ ਨੂੰ ਕਹਿੰਦਾ ਅੱਜ ਘਰੋਂ ਨਿਕਲ ਆਓ, ਨਹੀਂ ਤਾਂ ਫਿਰ ਜਦੋਂ ਤੁਹਾਡੇ ਮੁੰਡੇ ਤੁਹਾਡੇ ਅੱਗੇ ਪੋਤੇ ਪੁੱਛਣਗੇ ਵੀ ਦਾਦਾ ਜਦੋਂ ਉੱਥੇ ਸ਼ਹੀਦੀਆਂ ਪੈ ਰਹੀਆਂ ਸੀ ਤੁਸੀਂ ਕਿੱਥੇ ਸੀ, ਜਵਾਬ ਨਹੀਂ ਦਿੱਤਾ ਜਾਣਾ ਬਾਈ ਜੀ, ਕਿਉਂਕਿ ਕੋਈ ਇੱਥੇ ਤੁਹਾਨੂੰ ਐਂ ਨਹੀਂ ਹੈਗਾ ਵੀ ਕਿਸੇ ਨੇ ਜਾ ਕੇ ਕਹਿਣਾ, ਇਹ ਤਾਂ ਆਪਣੀ ਅਣਖ ਦੀ ਲੜਾਈ ਆ, ਜ਼ਮੀਰ ਦੀ ਲੜਾਈ, ਠੀਕ ਹੈ ਨਾ ਜੀ, ਉਸ ਕਰਕੇ ਜਿਵੇਂ ਸੰਤ ਕਹਿੰਦੇ ਸੀਗੇ ਵੀ ਕਹਿੰਦੇ ਜਿਹੜੇ ਬੰਦੇ ਦੀ ਕਹਿੰਦੇ ਮੌਤ, ਕਹਿੰਦਾ ਸਰੀਰ ਦਾ ਮਰਨਾ ਮੌਤ ਨਹੀਂ ਹੁੰਦਾ, ਜ਼ਮੀਰ ਦਾ ਮਰਨਾ ਹੁੰਦਾ, ਉਹੀ ਗੱਲ ਹੈ ਵੀ ਜਿਹੜੇ ਬੰਦੇ ਦੀ ਜ਼ਮੀਰ ਜਾਗਦੀ ਉਹ ਤਾਂ ਆਊਗਾ ਹੀ ਆਊਗਾ, ਠੀਕ ਹੈ ਨਾ, ਜਿਹੜੇ ਬੰਦੇ ਦੀ ਜ਼ਮੀਰ ਜਾਗਦੀ ਆ ਉਹ ਪਹੁੰਚੂਗਾ, ਘਰੋਂ ਸਿਰਫ ਤੇਲ ਲੈ ਪਾ ਕੇ ਤੁਰ ਪਓ, ਤੁਹਾਨੂੰ ਕੰਘੀ ਤੋਂ ਲੈ ਕੇ ਤੇਲ ਤੋਂ ਲੈ ਕੇ ਸਾਬਣ ਤੋਂ ਲੈ ਕੇ ਰੋਟੀ ਤੋਂ ਲੈ ਕੇ ਚਾਹ ਤੱਕ ਸਾਰਾ ਕੁਛ ਉਰੇ ਉਪਲਬਧ ਹੈ, ਸੌਣ ਦਾ ਵੀ ਕੰਬਲ ਵੀ ਮਿਲਣਗੇ, ਸਾਰਾ ਕੁਛ ਮਿਲੂਗਾ, ਸਿਰਫ ਘਰੋਂ ਤੇਲ ਲੈ ਕੇ ਤੁਰ ਪਓ, ਆਪਣੇ ਸਾਧਨ 'ਚ ਜਾਂ ਕੋਈ ਬੱਸ ਚੜ੍ਹ ਕੇ ਆ ਜਾਓ ਜਿਵੇਂ ਮਰਜ਼ੀ, ਬਸ ਇੱਕ ਵਾਰੀ ਉਰੇ ਪਹੁੰਚ ਜਾਓ, ਅੱਗੇ ਤੁਹਾਡਾ ਕੋਈ ਖਰਚਾ ਨਹੀਂ ਧਰਨੇ 'ਚ, ਬਸ ਇੱਕ ਵਾਰੀ ਪਹੁੰਚੋ ਤਾਂ ਸੀ, ਆਪਣੇ ਲੋਕ ਤਾਂ ਬਹੁਤ ਵੱਡੇ ਵੱਡੇ ਦਾਨੀ ਬੈਠੇ ਨੇ, ਕਈ ਲੋਕ ਸੋਚ ਜਾਂਦੇ ਨੇ ਵੀ ਖਰਚਾ ਹੋਜੂ, ਕੋਈ ਖਰਚਿਆਂ ਦੀ ਟੈਨਸ਼ਨ ਨਹੀਂ, ਬਹੁਤ ਲੋਕ ਦਾਨੀ ਬੈਠੇ ਨੇ। ਜਿਹੜੀਆਂ ਆਪਣੀਆਂ ਜਥੇਬੰਦੀਆਂ, ਕਈ ਜਥੇਬੰਦੀਆਂ ਆਪਣੀਆਂ ਅਜੇ ਤੱਕ ਪਹੁੰਚੀਆਂ ਨਹੀਂ, ਅਤੇ ਨੌਜਵਾਨ ਵੀ ਇਹੀ ਸੋਚ ਰਿਹਾ ਵੀ ਆਪਣੀਆਂ ਜਥੇਬੰਦੀਆਂ ਆਈਆਂ ਨਹੀਂ, ਅਤੇ ਜਿਹੜੇ ਗ੍ਰਾਹਾਂ ਗਰੁੱਪ ਹੈ ਜਾਂ ਹੋਰ ਗਰੁੱਪ ਹੈ ਉਹਦੇ ਵਿੱਚ ਨੌਜਵਾਨ ਜੁੜੇ ਹੋਏ ਨੇ, ਪਿਛਲੀ ਵਾਰ ਤਾਂ ਨੌਜਵਾਨ ਆਪਣੇ ਆਪ ਆ ਗਿਆ ਸੀ, ਅਤੇ ਇਸ ਵਾਰ ਕੁਝ ਕੁ ਨੌਜਵਾਨ ਟਰਾਲੀਆਂ ਲੈ ਕੇ ਪਹੁੰਚ ਵੀ ਰਹੇ ਨੇ, ਕੁਝ ਹਜੇ ਮਤਲਬ ਜਥੇਬੰਦੀਆਂ ਦਾ ਜਿਹੜਾ ਫੈਸਲੇ 'ਤੇ ਖੜ੍ਹੇ ਨੇ ਵੀ ਆਪਣੀ ਜਥੇਬੰਦੀ ਕੀ ਕਰੂਗੀ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਬਾਈ ਜੀ ਇੱਦਾਂ ਵੀ ਜਿਹੜੇ ਨੌਜਵਾਨ ਕਈ ਨਾ ਆਪਣੇ ਜਿਹੜੇ ਜਥੇਬੰਦੀਆਂ ਨੇ, ਆਪਾਂ ਜਥੇਬੰਦੀਆਂ ਨੂੰ ਕੋਈ ਟਿੱਪਣੀ ਨਹੀਂ ਕਰਨੀ, ਕੋਈ ਕੁਛ ਨਹੀਂ ਕਹਿਣਾ, ਨਾ ਆਪਾਂ ਕੋਈ ਉਹਨਾਂ ਨੂੰ ਕੋਈ ਗੱਲ ਕਹੀ, ਆਪਾਂ ਸਿਰਫ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਗਿਲੇ ਸ਼ਿਕਵੇ ਨਾ ਆਪਾਂ ਪੰਜਾਬ 'ਚ ਬਹਿ ਕੇ ਨਿਬੇੜ ਲਾਂਗੇ ਬਾਅਦ 'ਚੋਂ, ਕੋਈ ਗੱਲ ਨਹੀਂ, ਗਿਲੇ ਸ਼ਿਕਵੇ ਦੋ ਭਰਾਵਾਂ 'ਚ ਵੀ ਹੋ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ ਹੈਗੀ, ਹੋ ਜਾਂਦੀਆਂ ਨੇ, ਕਿਉਂਕਿ ਹਰੇਕ ਬੰਦੇ ਦੀ ਥਿਊਰੀ ਅਲੱਗ, ਆਪਾਂ ਚਾਰ ਪੰਜ ਜਣੇ ਖੜ੍ਹੇ ਹਾਂ ਉਰੇ ਅਤੇ ਬੈਠੇ ਹਾਂ, ਆਪਾਂ ਨੇ ਚਾਰਾਂ ਪੰਜਾਂ ਦੀ ਵੀ ਥਿਊਰੀ ਅਲੱਗ ਹੁੰਦੀ ਆ, ਠੀਕ ਹੈ ਨਾ, ਜਿਹੜੀ ਆਪਾਂ ਕਹੀਏ ਵੀ ਗਿਲੇ ਸ਼ਿਕਵਿਆਂ ਦੀ ਗੱਲ ਆ, ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਜਥੇਬੰਦੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ, ਸਾਰੇ ਪਹੁੰਚੋ ਕਿਉਂਕਿ ਅਸੀਂ ਤੁਹਾਡੇ 'ਚ ਹੀ ਹਾਂ, ਤੁਸੀਂ ਸਾਡੇ 'ਚੋਂ, ਜੇ ਟਾਈਮ ਲੰਘ ਗਿਆ ਫਿਰ ਔਖਾ ਹੋ ਜਾਣਾ, ਕਿਉਂਕਿ ਮੋਦੀ ਸਰਕਾਰ ਤਾਂ ਪਹਿਲਾਂ ਹੀ ਬਖਰੇਵੇਂ ਪਾਉਣਾ ਚਾਹੁੰਦੀ ਹੈ, ਉਹ ਆਪਣਾ ਧਰਨਾ ਖੰਡਾਉਣਾ ਚਾਹੁੰਦੇ ਨੇ, ਠੀਕ ਹੈ, ਆਪਾਂ ਰਲ ਕੇ ਸੰਜਮ ਨਾਲ ਚੱਲਣਾ, ਜਿਹੜੇ ਕੋਈ ਗਿਲੇ ਸ਼ਿਕਵੇ ਨੇ ਆਪਾਂ ਬਹਿ ਕੇ ਬਾਅਦ 'ਚੋਂ ਨਿਬੇੜ ਲਾਂਗੇ। ਹੁਣ ਮੇਰੇ ਵੱਲੋਂ ਮੈਂ ਜੋ ਸੋਚਦਾ ਵੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਸਾਰੇ ਜਥੇਬੰਦੀਆਂ ਦੇ ਆਪ ਮਹਾਰੇ ਲੋਕ ਆਓ, ਕੋਈ ਕਈ ਬੰਦੇ ਨਹੀਂ ਜਥੇਬੰਦੀਆਂ 'ਚ ਹੈਗੇ, ਉਹ ਆਪ ਮਹਾਰੇ ਵੀ ਆ ਸਕਦੇ ਨੇ, ਠੀਕ ਹੈ, ਮੈਂ ਕਿਸੇ ਜਥੇਬੰਦੀ 'ਚ ਨਹੀਂ ਸੀ ਪਹਿਲਾਂ, ਉਰੇ ਆ ਕੇ ਚਲੋ ਮੈਨੂੰ ਬੀ ਕੇ ਯੂ ਵਾਲਿਆਂ ਨੇ ਆਪਣੇ ਕੋਲ ਰੱਖਿਆ, ਟਰਾਲੀ 'ਚ ਰਿਹਾ, ਹੈ ਨਾ, ਉਹਨਾਂ ਨਾਲ ਪਿਆਰ ਪੈ ਗਿਆ, ਚਲੋ ਉਹਨਾਂ ਨਾਲ ਮੈਨੂੰ ਹੁਣ ਆਪਣੇ ਐਲਾਈਡ ਕਰ ਲਿਆ, ਠੀਕ ਹੈ, ਕੋਈ ਨਹੀਂ, ਵਧੀਆ ਸਗੋਂ ਇਕੱਠੇ ਹੁੰਦੇ, ਲੋਕਾਂ ਦਾ ਪਤਾ ਲੱਗਦਾ ਵੀ ਇੰਨੇ ਮੈਂਬਰ ਆ, ਠੀਕ ਹੈ ਨਾ, ਪਹੁੰਚੋ ਬਸ, ਇੰਨਾ ਹੱਥ ਜੋੜ ਕੇ ਬੰਦੀਆਂ ਪਹੁੰਚੋ ਵੱਧ ਤੋਂ ਵੱਧ। ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਅਤੇ ਉਹਦਾ ਮਤਲਬ ਕਿ ਹੁਣ ਕੀ ਹੈਗਾ ਸੁਨੇਹਾ ਵੀ ਆਪਾਂ ਨੇ ਕਦੋਂ ਅੱਗੇ ਕੂਚ ਕਰਨੀ ਹੈ ਜਾਂ ਕਿਵੇਂ? ਜਥੇਬੰਦੀਆਂ ਦੇ ਬਾਈ ਜੀ ਐਂ ਹੈ ਜੀ, ਕਿਉਂਕਿ ਉੱਦਣ ਆਪਣਾ ਸ਼ਹੀਦੀ ਪੈ ਗਈ ਮੁੰਡੇ ਦੀ, ਹੈ ਨਾ, ਸ਼ੁਭ ਕਰਨ ਦੀ,
ਥਾਣਾ ਬਹੁਤ ਵੱਡਾ ਨੁਕਸਾਨ ਹੈ ਜਿੱਦਾਂ ਦੇ ਹੋਇਆ ਸਾਰਾ ਨੁਕਸਾਨ ਉਹਨਾਂ ਨੂੰ ਪਤਾ ਕੀ ਹੋਇਆ ਹੈ ਨਾ, ਵੀ ਉਹਨਾਂ ਦੇ ਘਰਦਿਆਂ ਨੂੰ ਪਤਾ ਕਹਿ ਦਿੰਦੇ ਹਾਂ ਵੀ ਕਰੋੜ ਮਿਲ ਗਿਆ, ਕਰੋੜਾਂ ਨਾਲ ਪੁੱਤ ਥੋੜ੍ਹਾ ਮੁੜਦੇ ਆ, ਕਿਉਂਕਿ ਜਥੇਬੰਦੀਆਂ ਨੇ ਬਹੁਤ ਸੂਝ ਬੂਝ ਨਾਲ ਬਹੁਤ ਸਿਆਣਪ ਨਾਲ ਫੈਸਲਾ ਕਰਨਾ, ਬਾਕੀ ਆਪਣੇ ਲੋਕਾਂ ਦੀ ਬਹੁਤ ਵੱਡੀ ਆਹ ਦੇਖੋ ਇੱਕ ਆਹ ਜਿਹੜਾ ਆਪਣਾ ਵੀਰ ਬੈਠਾ ਉਹ ਆਪਾਂ ਜਿਹੜੀ ਗਵਿਸ਼ਾ ਵੀ ਅੱਗੇ ਜਾਣ ਦਾ ਕਿਵੇਂ ਉਹ ਆਪਾਂ ਜਥੇਬੰਦੀਆਂ ਦੇ ਛੱਡਦੇ ਹਾਂ ਵੀ ਕੀ ਕਹਿੰਦੇ ਦੱਸਦੇ ਨੇ, ਹਾਂ ਉਹ ਦੱਸਣਗੇ ਵੀ ਕਿਵੇਂ ਹੈ ਸਿਸਟਮ ਹੈ ਨਾ ਜਥੇਬੰਦੀਆਂ ਦਾ, ਅਤੇ ਲੋਕਾਂ ਦੀਆਂ ਸੇਵਾ ਦੇਖ ਕੇ ਯਾਰ ਮੇਰੇ ਤਾਂ ਅੱਖਾਂ 'ਚ ਨੀਰ ਆ ਜਾਂਦੇ ਨੇ ਵੀ ਯਾਰ ਲੋਕਾਂ ਨੇ ਕਮਾਲ ਹੀ ਕਰਤੀ ਸੇਵਾ ਕਰਨ ਵਾਲੀ। ਯਾਰ ਮੈਂ ਨਾ ਘਰੋਂ ਆਇਆ ਸੀ ਜਿੱਦਣ, ਮੈਂ ਥੋੜ੍ਹਾ ਜਿਹਾ ਐਂ ਲੱਗਦਾ ਸੀ ਯਾਰ ਆਪਣੀ ਕਿਹੋ ਜਿਹਾ ਮਾਹੌਲ ਹੋਊਗਾ, ਬਾਈ ਹੁਣ ਐਂ ਲੱਗਦਾ ਸਾਡਾ ਪਰਿਵਾਰ ਆ। ਉੱਧਰ ਮੈਂ ਘਰੇ ਗਿਆ ਬਾਈ ਸਮਾਨ ਲੈਣ, ਮੇਰਾ ਘਰਾਂ ਦਿਲ ਨਹੀਂ ਲੱਗਿਆ ਜਮਾਂ ਵੀ, ਜਿੰਨਾ ਮੇਰਾ ਦਿਲ ਇੱਥੇ ਲੱਗਣ ਲੱਗ ਗਿਆ। ਇੱਥੇ ਮੇਰਾ ਲੋਕਾਂ ਨਾਲ ਇੰਨਾ ਪਿਆਰ ਪੈ ਗਿਆ, ਨਵਦੀਪ ਦੇ ਡੈਡੀ ਜਿਹਨੂੰ ਮੁੰਡਾ ਨਵਦੀਪ ਜਲਵੇੜੀ ਵਾਲਾ ਉਹਦੇ ਫਾਦਰ ਸਾਹਿਬ ਇੱਥੇ ਨਾਲ ਹੀ ਨੇ ਹੈ ਨਾ, ਉਹਨਾਂ ਨਾਲ ਇੰਨਾ ਪਿਆਰ ਪੈ ਗਿਆ, ਉਹਨਾਂ ਨੇ ਪੁੱਤਾਂ ਵਾਂਗੂ ਰੱਖਣਾ ਹੈ ਨਾ, ਇੰਨਾ ਜ਼ਿਆਦਾ ਇੱਥੇ ਲੋਕਾਂ ਨਾਲ ਪਿਆਰ ਪੈ ਗਿਆ ਵੀ ਪੁੱਛ ਹੀ ਨਾ ਕੁਛ। ਵੀਰੇ ਇੱਥੇ ਮਿਹਨਤ ਮੁਹਨਤ ਲਾ ਲਈ ਦੀ ਆਪਣੀ ਹੈ ਨਾ, ਹਾਲੇ ਦੰਗਲ ਬਣਦੀ ਨੇ ਥੋੜ੍ਹੇ ਦਿਨ, ਅਤੇ ਉਹਦੇ ਕਰਕੇ ਆਪਣਾ ਮੈਂ ਤਾਂ ਭਲਵਾਨਾਂ ਨੂੰ ਜਿਹੜੇ ਮੇਰੇ ਕਮਿਊਨਿਟੀ ਦੇ ਨੇ ਮੇਰੇ ਕਿੱਤੇ ਚੋਣੇ ਭਲਵਾਨ ਸਾਹਿਬ ਨੂੰ ਅਤੇ ਭਲਵਾਨਾਂ ਨੂੰ ਅਤੇ ਸਾਰੇ ਕੋਚਾਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਹੱਥ ਜੋੜ ਕੇ ਵੀ ਸਾਰੇ ਕੋਚ ਸਾਹਿਬਾਨ ਸਾਰੇ ਭਲਵਾਨ ਵੀਰ ਜਿਵੇਂ ਪ੍ਰਿਤਪਾਲ ਵੀਰ ਹੁਣੀ ਨੇ ਵੱਡੇ ਭਲਵਾਨ ਰੂਬਲ ਹੋ ਗਿਆ, ਠੀਕ ਹੈ ਜਿਹੜੇ ਵੱਡੇ ਭਲਵਾਨ ਨੇ ਝੰਡੀ ਵਾਲੇ ਜੱਸਾ ਵੀਰ ਹੋ ਗਿਆ ਆਪਣਾ ਵੱਡੇ ਵੱਡੇ ਭਲਵਾਨ ਜਿਹੜੇ ਝੰਡੀ ਵਾਲੇ ਸਾਰੇ ਭਲਵਾਨ ਕੋਈ ਨਾਮ ਰਹਿ ਗਿਆ ਹੋਵੇ ਮਾਫੀ, ਸਾਰੇ ਭਲਵਾਨਾਂ ਨੂੰ ਬੇਨਤੀ ਕਰਦਾ ਕਿਉਂਕਿ ਤੁਹਾਡੇ ਪਿੱਛੇ ਵੀਰੇ ਯੂਥ ਆ, ਤੁਸੀਂ ਜ਼ਰੂਰ ਪਹੁੰਚੋ। ਮੈਂ ਤਾਂ ਇੱਕ ਹੋਰ ਵੀ ਕਹਿੰਦਾ ਜੇ ਆਪਾਂ ਚਾਹੀਏ ਤਾਂ ਇੱਕ ਛੋਟਾ ਜਿਹਾ ਉਰੇ ਦੰਗਲ ਵੀ ਕਰਾ ਦਿੰਦੇ ਹਾਂ, ਜੇ ਭਲਵਾਨ ਚਾਹੁਣਗੇ ਤਾਂ ਇਸੇ ਬਹਾਨੇ ਆ ਜਾਣਗੇ ਸਾਰੇ ਭਲਵਾਨਾਂ ਨੂੰ। ਮੈਂ ਕਹਿੰਦਾ ਵੀਰੇ ਸਾਰੇ ਪਹੁੰਚੋ, ਵੱਧ ਤੋਂ ਵੱਧ ਸਪੋਰਟਸਮੈਨ ਇੱਕ ਦਿਨ, ਮੈਂ ਕਹਿੰਦਾ ਸਪੋਰਟਸਮੈਨ ਆਪਣਾ ਰੱਖਣਾ, ਆਪਾਂ ਸਪੈਸ਼ਲ ਇੱਕ ਦਿਨ ਜਥਾ ਲੈ ਕੇ ਆਉਂਦੇ ਹਾਂ ਬਣਾਉਣ, ਸੰਪਰਕ ਕਰ ਲੈਣ ਮੇਰੇ ਨਾਲ, ਆਪਾਂ ਸਟੇਜ ਤੋਂ ਵੀ ਟਾਈਮ ਲੈ ਲਾਂਗੇ, ਸਾਰੇ ਭਲਵਾਨਾਂ ਨੂੰ ਸਾਰੇ ਸਪੋਰਟਸ ਵਾਲਿਆਂ ਨੂੰ ਕੋਈ ਵੀ ਸਪੋਰਟਸ ਕੋਈ ਕੀਤਾ ਸਾਰੇ ਪਹੁੰਚੋ ਵੀਰੇ, ਹੱਥ ਬੰਨ੍ਹ ਕੇ ਬਿਣਦੇ ਆ, ਅਣਖ ਦੀ ਲੜਾਈ ਆ, ਜ਼ਮੀਰ ਦੀ ਲੜਾਈ ਆ। ਜਿਵੇਂ ਵੀਰੇ ਪਹਿਲਾਂ ਹਮਲੇ ਹੋ ਰਹੇ ਸੀ, ਹੁਣ ਤਾਂ ਨਹੀਂ ਦੁਬਾਰਾ ਹਮਲੇ ਕੀਤੇ ਜਾਂ ਕੀ ਸਥਿਤੀ ਹੈ? ਇੱਦਾਂ ਵੀ ਜਿਵੇਂ ਨਾ ਰਾਤ ਦੀ ਗੱਲ ਆ, ਪਰਸੋਂ ਰਾਤ ਦੀ ਹੈ ਨਾ, ਇਹਨਾਂ ਦੇ ਫੌਜੀ ਇੱਕ ਇੱਧਰ ਫਿਰਦਾ ਸੀ ਜਿੱਥੇ ਤੱਕ ਲੋਕ ਦੱਸ ਰਹੇ ਨੇ, ਬਾਕੀ ਚਲੋ ਹੁਣ ਆਪਾਂ ਅੱਖਾਂ ਨਾਲ ਤਾਂ ਨਹੀਂ ਦੇਖਿਆ, ਪਰ ਵੀਰੇ ਐਂ ਹੈ ਜੇ ਅਸੀਂ ਉੱਧਰ ਨੂੰ ਵਧਾਂਗੇ ਫਿਰ ਤਾਂ ਮਾਰਨਗੇ, ਕਿਉਂਕਿ ਵੀਰੇ ਗੋਲਿਆਂ ਦਾ ਅਸੀਂ ਡਰਦੇ ਨਹੀਂ ਨਾ, ਅਸੀਂ ਅਥਰੂ ਗੈਸ ਤੋਂ ਡਰਦੇ ਹਾਂ, ਪਰ ਜਿਹੜੀ ਵੀਰੇ ਗੋਲੀ ਆ ਨਾ, ਗੋਲੀ ਮਾਰਦੇ ਨੇ ਪੱਕੀ ਗੋਲੀ ਜਿਹੜੀ ਸ਼ੁਭ ਕਰਨ ਦੇ, ਯਾਰ ਗੋਲੀ ਅੱਗੇ ਤਾਂ ਕਿਸੇ ਦਾ ਵੱਸ ਨਹੀਂ, ਨਾ ਉੱਥੇ ਸਰੀਰ ਦਾ ਕੋਈ ਕੰਮ ਹੈ ਨਾ ਕਿਸੇ ਹੋਰ ਦਾ, ਗੋਲੀ ਅੱਗੇ ਵੱਸ ਨਹੀਂ, ਪਰ ਗੋਲੇ ਜਿੰਨੇ ਸਾਡੀ ਕੌਮ ਨੇ ਸਹਿਲੇ ਨਾ ਵੀਰ ਜੀ, ਲੋਕ ਤਾਂ ਕਹਿ ਦਿੰਦੇ ਨੇ ਕਿ ਚੱਲ ਮੇਰੀ ਗਿਣਤੀ ਵੀ ਗਲਤ ਹੋ ਸਕਦੀ ਹੈ, ਘੱਟੋ ਘੱਟ ਬਾਈ ਜੀ 200 ਗੋਲਾ ਸੁੱਟਤਾ ਹੋਣਾ ਉੱਦਣ ਜਿੱਦਣ ਦਿੱਲੀ ਜਾਣਾ ਸੀ ਅਸੀਂ, ਅਸੀਂ ਉਰੇ ਸੀ, ਉਰੇ ਖੜ੍ਹੇ ਸੀ ਅਸੀਂ, ਸਭ ਤੋਂ ਅੱਗੇ ਸਾਡੀ ਟਰਾਲੀ ਸੀ ਵੀਰ ਜੀ ਰਾਏਕੋਟ ਬੇਕੇ ਯੂਨੀਅਨ ਦੀ, ਅਸੀਂ ਸਭ ਤੋਂ ਅੱਗੇ ਸੀਗੇ, ਅਤੇ ਗੋਲੇ ਵੀਰੇ ਮੈਂ ਇੱਥੇ ਖੜ੍ਹਾ ਨਾ, ਚਲੋ ਪਹਿਲਾਂ ਤੁਸੀਂ ਅੱਗੇ ਜਾਂਦੇ ਰਹੇ, ਤੁਹਾਨੂੰ ਇੱਕ ਕਿੱਸਾ ਦੱਸ ਰਿਹਾ, ਇੱਥੇ ਖੜ੍ਹਾ ਪਤੰਗ ਚੜ੍ਹਾਵਾਂ, ਦੋ ਕੁ ਵਾਰ ਨਾ ਮੈਂ ਡਰੋਨ ਚਲਝਾ ਲਿਆ ਪਤੰਗ, ਡੋਰ ਕੱਚੀ ਸੀਗੀ ਉਹ ਟੁੱਟ ਜਾਂਦੀ ਸੀ, ਤੀਜੀ ਵਾਰ ਇਹਨੇ ਦੇਖ ਲਿਆ ਵੀ ਡਰੋਨ 'ਚ ਕੈਮਰਾ ਲੱਗਿਆ, ਵੀਰੇ ਜੀ ਉੱਪਰ ਲਿਆ ਕੇ ਮੈਂ ਪੋਪਲੈਂਡ 'ਤੇ ਖੜ੍ਹਾ ਸੀ, ਆਹ ਪੋਪਲੈਂਡ 'ਤੇ ਉੱਪਰ ਚੜ੍ਹਾਉਂਦਾ ਸੀ ਮੈਂ ਖੜ੍ਹਾ, ਉੱਪਰ ਲਿਆ ਕੇ ਮੇਰੇ ਬੰਬ ਸੁੱਟਤਾ, ਉਹ ਤਾਂ ਮੈਂ ਕੁਦਰਤੀ ਛਾਲ ਮਾਰ ਕੇ ਬਚ ਗਿਆ, ਠੀਕ ਹੈ ਨਾ। ਇੱਥੇ ਤੱਕ ਯਾਰ ਵੀਰੇ ਮੈਨੂੰ ਐਂ ਨਹੀਂ ਸਮਝ ਆਉਂਦੀ ਵੀ ਇਹ ਡੈਮੋਕਰੇਸੀ ਆ, ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਡੈਮੋਕਰੇਸੀ ਆ ਬਾਈ ਜੀ, ਵੀ ਇਹ ਡਿਕਟੇਟਰਸ਼ਿਪ ਹੋਊ। ਜੇ ਕਹਿੰਦੇ ਨੇ 4 ਦਾ ਪੇਪਰ, ਬਾਏ ਦਾ ਪੇਪਰ, 2 ਦਾ ਪੇਪਰ, ਡੈਮੋਕਰੇਸੀ ਦਾ ਮੀਨਿੰਗ ਇਹੀ ਹੈ ਵੀ ਲੋਕਾਂ ਵਾਸਤੇ, ਲੋਕਾਂ ਲਈ ਹੀ ਸਭ ਕੁਛ, ਪਰ ਇਹ ਤਾਂ ਡਿਕਟੇਟਰਸ਼ਿਪ 'ਤੇ ਉੱਤਰ ਆਇਆ, ਠੀਕ ਹੈ ਨਾ। ਉੱਦਾਂ ਹੀ ਕਹਿ ਦੇ ਵੀ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ, ਉੱਦਾਂ ਤਾਂ ਯਾਰ ਸਾਨੂੰ ਕਹਿੰਦੇ ਨੇ ਤੁਹਾਡਾ 9 ਮਾਸ ਦਾ ਰਿਸ਼ਤਾ ਸਿੱਖ ਧਰਮ ਦਾ, ਪੰਜਾਬੀਆਂ ਦਾ, ਠੀਕ ਹੈ ਵੀ ਸਾਡਾ ਇੰਡੀਆ ਨਾਲ ਅਤੇ ਪੰਜਾਬ ਦਾ 9 ਮਾਸ ਦਾ ਰਿਸ਼ਤਾ, ਅਤੇ ਵੀਰੇ ਸਾਡੇ 'ਤੇ ਗੋਲੇ ਮਾਰ ਰਹੇ ਨੇ, ਸਾਡੇ ਮੁੰਡੇ ਸ਼ਹੀਦ ਕਰ ਰਹੇ ਨੇ, ਵੀਰੇ ਸੋਚੋ ਬਹੁਤ ਵੱਡੀ ਗੱਲ ਹੈ, ਪੰਜਾਬੀ ਸੋਚ ਨਹੀਂ ਰਹੇ ਵੀ ਬਹੁਤ ਵੱਡੀ ਗੱਲ ਹੈ, ਇੱਕ ਬੰਦੇ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣੀ, ਉਹਦੀ ਕੀ ਗਲਤੀ ਸੀ? ਉਹ ਦਿੱਲੀ ਉੱਚਾਉਣ ਜਾਣਾ ਚਾਹੁੰਦਾ ਸੀ, ਉਹਦੀ ਕੀ ਗਲਤੀ ਸੀ? ਉਹਦੀ ਬਹੁਤ ਮਾੜੀ ਗੱਲ ਹੈ। ਨਵਦੀਪ ਵੀਰ ਵੀ ਆ ਗਿਆ, ਅਤੇ ਆ ਜਾਓ ਵੀਰ ਜੀ, ਆ ਜਾਓ, ਕੋਈ ਗੱਲ ਨਹੀਂ ਹੈਗਾ, ਆਓ ਬਾਈ ਜੀ, ਅਤੇ ਵੀਰ ਹੁਣੀ ਵੀ ਆਹ ਦੇਖੋ, ਵੀਰ ਹੁਣੀ ਉੱਦਣ ਦੇ ਇੱਥੇ ਨੇ ਸਾਰੇ ਆਪਣੇ।